48 ਇੰਚ ਜੀ 48 ਫੁੱਟ ਜਗ੍ਹਾ ਦੇਵੇਗੇ ਇਹਨਾਂ ਨੂੰ ਇੱਕ ਫੜੀ ਵਾਲੇ ਤਾਂ 50 ਰੁਪਏ ਦੀ ਪਰਚੀ ਕੱਟੀ ਜਾਊਗੀ ਜੇ ਇਹ ਸਹੂਲਤਾਂ ਦਿੱਤੇਗੇ ਤਾਂ ਕਿੰਨੇ ਜਾਣੇ ਹੋਊਗੇ ਇਹ ਮੇਰਾ ਖਿਆਲ 200 ਕੁ ਪਰਚੀ ਕੱਟਦੀ ਆ ਡੇਲੀ 10,000 ਕਿੰਨੇ ਆ 200 ਹੈਗੇ 50 ਨਹੀਂ ਫੜੀ ਤੇ ਰੇੜੀ ਵਾਲੇ 100 ਲਾ ਦੋ ਮੰਡੀ ਬੋਰਡ ਹੱਲ ਕਰਤਾ ਤੇ ਮੰਡੀ ਬੋਰਡ ਦੀ ਠੇਕਾ ਹੋਇਆ ਜੀ ਇਹ ਮੰਡੀ ਬੋਰਡ ਦੀ ਚੈੱਕ ਜਮ੍ਹਾਂ ਕੀਤਾ ਦਿੱਤਾ ਇਹਨਾਂ ਨੇ ਜੀ ਇਹ ਕੀ ਕਹਿੰਦੇ ਨੇ ਹੈਲੋ ਮੈਂ ਕਰਦਾ ਇੱਕ ਮਿੰਟ ਜੀ ਗੱਲ ਮਾਨ ਸਾਹਿਬ ਆਏ ਨੀ ਭਗਵੰਤ ਮਾਨ ਸਾਹਿਬ ਇੱਕ ਮਿੰਟ ਗੱਲ ਕਰ ਕੀ ਕਹਿੰਦੇ ਹੁਣ ਕੱਲ੍ਹ ਰਾਜਾ ਆਇਆ ਰਾਜਾ ਆਇਆ ਜੀ ਰਾਜਾ ਇਹਨਾਂ ਨੂੰ ਐਂ ਕਹਿ ਗਿਆ ਵੀ ਹਫ਼ਤੇ 10 ਦਿਨਾਂ 'ਚ ਤੁਸੀਂ ਕੋਈ ਪਰਚੀ ਨਹੀਂ ਲੱਗੂਗੀ ਜੀ ਉਹ ਤੋਂ ਬਾਅਦ ਮੈਂ ਉੱਪਰ ਕਰਾ ਲਿਆ ਇਹ ਥੋੜ੍ਹੀ ਜਿਹੀ ਬਸ ਉਹ ਤੋਂ ਬਾਅਦ ਵੀ ਦੇਖਦੇ ਜੀ ਲੋਲੀਪੋਪ ਆਈ ਬਸ ਉਹ ਵੀ ਜਿਹੜਾ 10 ਦਿਨ ਫੇਰ ਪਰਚੀ 8-10 ਦਿਨ ਧਰਨੇ ਦੇ ਬੈਠੇ ਸੀਗੇ ਜੀ ਹਫ਼ਤਾ ਹੋ ਗਿਆ ਜੀ ਉਹਨੂੰ ਭੁੱਖੇ ਤੇ ਆਏ ਬੈਠੇ ਨੂੰ ਜੀ ਕੱਲ੍ਹ ਅੱਕ ਕੇ ਵਿਚਾਰੇ ਨੇ ਚੱਕਿਆ ਚੱਕ ਲਿਆ ਜੀ ਭੁੱਖੇ ਤੇ ਆਏ ਨਾਅਰੇਬਾਜ਼ੀ ਕਰ ਕਰ ਹੜਤਾਲ ਵੀ ਨਹੀਂ ਕਰ ਸਕਦਾ ਦਿਹਾੜੀ ਟਾਈਮ ਟੂ ਮੌਤ ਤਾਂ ਹੈਗੇ ਨੇ ਜਿਹੜਾ ਕਮਾਉਂਦੇ ਨੇ ਉਹੀ ਖਾਂਦੇ ਨੇ ਹੜਤਾਲਾਂ ਕਰਨ 'ਚ ਤੇ ਦਿਹਾੜੀ ਆਪਦੀ ਰੋਕਣਗੇ ਚੱਕਰ ਪਤਾ ਕੀ ਹੋ ਗਿਆ ਜੀ ਮਾਨ ਸਾਹਿਬ ਉੱਧਰੋਂ ਤਾਂ ਇਹਦਾ ਕੰਮ ਬੰਦ ਹੋ ਗਿਆ ਜੀ ਇੱਧਰੋਂ ਇਹਨਾਂ ਨੇ ਲੋਕਾਂ ਤੋਂ ਫਰੈਸ ਕਰਾਈ ਸੀ ਫਰੈਸ ਵਾਲੇ ਕਹਿੰਦੇ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਪੈਸੇ ਦੇ ਜਿੱਥੋਂ ਮਰਜ਼ੀ ਲੈ ਕੇ ਇੱਥੇ ਜਿਹੜਾ ਉਹ ਪਾਉਂਦੇ ਹੁੰਦੇ ਨੇ ਕਮੇਟੀ ਹਰ ਰੋਜ਼ ਹਾਂ ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ ਸਾਨੂੰ ਤਾਂ ਪੈਸੇ ਲਿਆ ਕੇ ਇੱਧਰੋਂ ਇਹਦਾ ਕਾਰੋਬਾਰ ਬੰਦ ਹੋ ਗਿਆ ਉਹ ਅੱਗੇ ਗਾਲਾਂ ਕੱਢਦੇ ਸੀ ਵੀ ਪੈਸੇ ਦੇ ਕਿੱਥੋਂ ਇਹ ਗੱਲ ਚੱਕਿਆ ਫਿਰ ਭੁੱਖੇ ਮਰਦੇ ਨੇ ਵਿਚਾਰੇ ਜੀ ਜਿਹੜੀ ਮਰਜ਼ੀ ਹੱਲ ਕਰ ਲੈ ਐ ਵੀ ਹਫ਼ਤਾ 10 ਦਿਨ ਕਹਿੰਦੇ ਨੇ 15 ਦਿਨ ਚ ਬਣ ਜੇ ਬਣਤਾ ਜਾਵੇ ਨਾ ਨਹੀਂ ਪਰ ਤੁਸੀਂ ਪ੍ਰੈਸ਼ਰ ਤਾਂ ਉਹਨਾਂ ਨੂੰ ਪਾਉਣਾ ਪਿਆ ਹੈ ਕਿ ਜੇ ਤੁਸੀਂ ਇਸ ਲਈ ਛੱਡਤਾ ਫੇਰ ਨਹੀਂ ਉਹ ਫਿਰ 10 ਦਿਨ ਬਾਅਦ ਭਾਈ ਚੱਲ ਫਿਰ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਕੋਈ ਗੱਲ ਨਹੀਂ ਇਸ ਵਕਤ ਮੈਂ ਸਨਾਮ ਦੀ ਸਬਜ਼ੀ ਮੰਡੀ 'ਚ ਕੱਲ੍ਹ ਵੀ ਤੁਸੀਂ ਲਗਭਗ ਇਹੋ ਜਿਹੇ ਵੇਲੇ 24 ਘੰਟੇ ਪਹਿਲਾਂ ਸਾਨੂੰ ਹੰਡਿਆਏ ਦੇ ਵਿੱਚ ਦੇਖਿਆ ਸੀਗਾ ਜਿੱਥੇ 5 ਮਰਲਿਆਂ ਤੋਂ ਘੱਟ ਜਿਹੜੀ ਜਗ੍ਹਾ 'ਤੇ ਰਹਿੰਦੇ ਨੇ ਗਰੀਬ ਉਹਨਾਂ ਨੂੰ 13.5 ਸਾਲਾਂ ਤੋਂ ਮਾਫ਼ ਕੀਤਾ ਹੋਇਆ ਜਿਹੜਾ ਬਿਜਲੀ ਦਾ ਪਾਣੀ ਦਾ ਅਤੇ ਸੀਵਰੇਜ ਦਾ ਬਿੱਲ ਸੀਗਾ ਉਹ ਵਸੂਲਿਆ ਜਾ ਰਿਹਾ ਸੀ ਉਹ ਕੱਲ੍ਹ ਹਟਾਇਆ ਅੱਜ ਇੱਥੇ ਅਸੀਂ ਆਏ ਹਾਂ ਇਹ ਗਰੀਬ ਨੇ ਫੜੀ ਵਾਲੇ ਰੇਹੜੀ ਵਾਲੇ ਜਿਹੜੇ ਸਬਜ਼ੀ ਵੇਚਦੇ ਆ ਸਵੇਰੇ ਸਵੇਰੇ ਆ ਕੇ ਹੁਣ ਮੰਡੀ ਬੋਰਡ ਜਿਹੜਾ ਬਹੁਤ ਵੱਡਾ ਅਦਾਰਾ ਹੈ ਕਰੋੜਾਂ ਰੁਪਈਆਂ ਦਾ ਬਜਟ ਹੈ ਉਹ ਇਹਨਾਂ ਦਾ ਵੀ ਖੂਨ ਚੂਸਣ 'ਤੇ ਲੱਗਿਆ ਹੋਇਆ ਹੈ 50 ਰੁਪਈਏ ਇੱਕ ਫੜੀ ਵਾਲੇ ਤੋਂ ਸਵੇਰੇ ਸਵੇਰੇ ਤੜਕੀ ਉਹਦੇ ਉਹਨੇ ਕੁਛ ਵੇਚਿਆ ਸਬਜ਼ੀ ਜਾਂ ਨਾ ਉਹ ਤੋਂ ਲੈਣੇ ਲੈਣੇ ਨੇ 50 ਰੁਪਈਏ ਇਹ ਹੜਤਾਲ ਵੀ ਕੀਤੀ ਇਹਨਾਂ ਨੇ ਹੜਤਾਲ ਉਹਨਾਂ ਨੂੰ ਪਤਾ ਹੈ ਇਹ ਹੜਤਾਲ ਕਰਕੇ ਕਿੱਥੇ ਜਾਣਗੇ ਕਿਉਂਕਿ ਰੋਜ਼ ਜੋ ਕਮਾਉਂਦੇ ਨੇ ਉਹੀ ਖਾਂਦੇ ਨੇ
ਤਾਂ ਇਹ ਹੜਤਾਲ ਦਾ ਮਤਲਬ ਇਹਨਾਂ ਦਿਹਾੜੀ ਰੁਕਦੀ ਹੈ। 100 ਰੁਪਈਆ ਡੇਲੀ 'ਤੇ ਫਾਈਨਾਂਸ ਕਰਕੇ ਸਬਜ਼ੀਆਂ ਖਰੀਦਦੇ ਨੇ, ਜਿਹੜਾ ਡੇਲੀ ਵਾਲਾ ਫਾਈਨਾਂਸ ਹੁੰਦਾ ਲੋਕਲ ਕੋਈ, ਉੱਧਰੋਂ ਫਾਈਨਾਂਸਰ ਕਹਿੰਦਾ ਕਿ ਮੇਰੇ ਪੈਸੇ ਦੇ ਹਰ ਰੋਜ਼, ਜਿਹੜੇ ਤੁਸੀਂ 100 ਰੁਪਈਆ ਦੇਣਾ ਹੁੰਦਾ ਮੈਨੂੰ। ਸੋ ਜੇ ਕੋਈ ਆਪ ਤਾਂ ਰੁਜ਼ਗਾਰ ਗੌਰਮੈਂਟ ਨੇ ਕੀ ਦੇਣਾ, ਜਿਹੜੇ ਕੋਈ ਇਸ ਤਰ੍ਹਾਂ ਸੈਲਫ ਹੈਲਪ ਗਰੁੱਪ ਬਣਾ ਕੇ ਕੋਈ 100 ਰੁਪਈਆ ਫਾਈਨਾਂਸ ਦਾ ਲੈ ਕੇ ਕੋਈ ਆਪਦਾ ਰੁਜ਼ਗਾਰ ਚਲਾਉਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ 'ਤੇ ਵੀ ਟੈਕਸ। ਹੁਣ ਕਿੱਥੇ ਤੱਕ ਜਾਓਗੇ, ਇਕੱਲਾ ਸਾਹ ਲੈਣ 'ਤੇ ਟੈਕਸ ਲਾਉਣਾ ਰਹਿ ਗਿਆ, ਸ਼ਾਇਦ ਉਹ ਵੀ ਲਾ ਦੇਣਗੇ। ਹੁਣ ਕੱਲ੍ਹ ਕੋਈ ਸਰਕਾਰ ਵੱਲੋਂ ਤਾਂ ਕੋਈ ਨਹੀਂ ਆਇਆ, ਹਾਰੇ ਹੋਏ ਨੁਮਾਇੰਦੇ ਜਿਹੜੇ ਨੇ ਉਹ ਆ ਗਏ ਇੱਥੇ, ਹਾਂਜੀ ਤੁਹਾਨੂੰ ਐਂ ਕਰ ਦਾਂਗੇ ਜੀ, ਤੁਹਾਨੂੰ ਐਂ ਕਰ ਦਾਂਗੇ, 10 ਦਿਨ ਤੁਸੀਂ ਨਾ ਕਟਾਓ ਜੀ। ਇਹ ਕੀ ਗੱਲ ਵੀ, ਇਹਦਾ ਮਤਲਬ ਕਾਂਗਰਸ ਕਾਨੂੰਨਾਂ ਦੇ ਉੱਪਰ ਹੈ। ਜੇ ਕਾਨੂੰਨ ਹੀ ਤੁਸੀਂ ਬਣਾ ਰੱਖਿਆ ਹੈ ਕਿ ਲੈਣੇ ਲੈਣੇ, 10 ਦਿਨ ਫਿਰ ਕਿਵੇਂ ਬੰਦ ਕਰਾ ਦੇਣਗੇ, ਜਾਂ ਲਿਖਤੀ ਲੈ ਕੇ ਜਾਓ ਉੱਥੇ। ਸੋ ਇਹਨਾਂ ਨੇ ਮੈਨੂੰ ਇੱਥੇ ਬੁਲਾਇਆ, ਮੈਂ ਇਹ ਮਾਮਲਾ ਜਿਹੜਾ ਇਹ ਪ੍ਰਸ਼ਾਸਨ ਦੇ ਧਿਆਨ 'ਚ ਵੀ ਲਿਆਉਣਾ ਕਿ ਗਰੀਬ ਜਿਹੜੇ 40-40 ਹਜ਼ਾਰ ਕਰੋੜ ਰੁਪਇਆ ਲੈ ਕੇ ਬੈਂਕਾਂ ਦਾ ਭੱਜ ਗਏ, ਉਹਨਾਂ ਨੂੰ ਫੜ ਲਿਆਓ, ਉਹ ਬਾਹਰਲੇ ਮੁਲਕਾਂ 'ਚ ਫਿਰਦੇ ਨੇ ਐਸ਼ ਕਰਦੇ। ਇੱਥੇ ਆਲੂ ਵਾਲੇ ਅਤੇ ਮਟਰਾਂ ਵਾਲੇ ਅਤੇ ਗੋਭੀ ਵਾਲੇ 'ਤੇ ਟੈਕਸ ਲਾਈ ਜਾਂਦੇ, ਛਾਪੇ ਮਾਰੀ ਜਾਂਦੇ ਤੁਸੀਂ। ਸੋ ਗਰੀਬ ਦਾ ਜਿਉਣਾ ਦੁੱਬਰ ਕਰ ਰੱਖਿਆ, ਜਾਵੇ ਤਾਂ ਕਿੱਧਰ ਨੂੰ ਜਾਵੇ। ਤੋ ਇਹਨਾਂ ਨੇ ਜਿਹੜੀ ਪ੍ਰਧਾਨ ਜੀ ਖੜ੍ਹੇ ਨੇ ਹੜਤਾਲ ਕੀਤੀ ਹੈ ਜਾਂ ਰੋਸ ਕੀਤਾ, ਅਸੀਂ ਇਹਨਾਂ ਦਾ ਸਾਥ ਦੇਵਾਂਗੇ। ਮੈਂ ਚੁਣਿਆ ਹੋਇਆ ਨੁਮਾਇੰਦਾ, ਮੈਂ ਪ੍ਰਸ਼ਾਸਨ ਤੱਕ ਇਹ ਗੱਲ ਪਹੁੰਚਾਉਣਾ, ਅਤੇ ਮੈਂ ਇਹਨਾਂ ਦੇ ਜਦੋਂ ਵੀ ਇਹ ਕੋਈ ਅਗਲਾ ਜਿਹੜਾ ਪ੍ਰੋਗਰਾਮ ਦੇਣਗੇ ਅਸੀਂ ਇਹਨਾਂ ਦਾ ਸਾਥ ਦੇਵਾਂਗੇ। ਧੰਨਵਾਦ।